ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਕੀ ਹਾਲ ਚਾਲ ਆ ਜੀ। ਅੱਜ ਆਪਾਂ ਆਲੂਆਂ ਦੀ ਕਟਾਈ ਕਰ ਰਹੇ ਸੀਗੇ, ਅਤੇ ਮੈਂ ਸੋਚਿਆ ਚਲੋ ਆਲੂਆਂ ਦੀ ਕਟਾਈ ਦੀ ਕੁਝ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ। ਮੇਰੇ ਖੇਤ ਦਾ ਜੋ ਵੀ ਤਜਰਬਾ ਹੁੰਦਾ ਮੈਂ ਉਹੀ ਇਸ ਚੈਨਲ ਦੇ ਉੱਤੇ ਸ਼ੇਅਰ ਕਰਦਾ। ਇਸ ਕਰਕੇ ਸਾਡੀਆਂ ਅਗਲੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ। ਇਹ ਆਪਾਂ ਆਲੂ ਲਗਾਏ ਸੀਗੇ 10 ਕੁ ਮਰਲੇ, ਅਤੇ ਬਿਨਾਂ ਖਾਦ ਸਪਰੇ ਤੋਂ। ਕਿਸੇ ਤਰ੍ਹਾਂ ਦੀ ਕੋਈ ਵੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਵਰਤਿਆ ਹੈਗਾ, ਨਾ ਕੋਈ ਫੰਗੀਸਾਈਡ ਸਪਰੇ ਜਾਂ ਹੋਰ ਕੁਛ ਨਹੀਂ ਵਰਤਿਆ ਹੈਗਾ। ਅਤੇ ਥੱਲੇ 15 ਕਿਲੋ ਖਲ ਪਾਈ ਸੀ ਅਤੇ ਨਾਲ ਥੋੜ੍ਹੀ ਜਿਹੀ ਖਾਦ ਦੇ ਵਿੱਚ ਆਲੂ ਤਿਆਰ ਕੀਤੇ ਗਏ ਸੀਗੇ। ਅਤੇ ਆਲੂਆਂ ਦਾ ਕੀ ਝਾੜ ਨਿਕਲਦਾ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤਾ ਜਾਊਗਾ, ਅਤੇ ਜਦੋਂ ਪਟਾਈ ਕਰਾਂਗੇ ਉਹਦੀ ਵੀਡੀਓ ਵੀ ਤੁਹਾਡੇ ਨਾਲ ਜ਼ਰੂਰ ਚੈਨਲ ਉੱਤੇ ਪਾਈ ਜਾਊਗੀ। ਇਹ ਤੁਸੀਂ ਦੇਖ ਸਕਦੇ ਹੋ ਵੀ ਆਪਾਂ 2 ਕੁ ਮਰਲੇ ਆਲੂ ਇੱਧਰ ਵੀ ਹੋਰ ਤਜਰਬਾ ਕੀਤਾ ਸੀਗਾ। ਚਲੋ ਦੇਖਦੇ ਹਾਂ ਕਿਵੇਂ ਇਹਦੇ ਫੁੱਲਾਂ ਜਿਹੜੇ ਬੂਟੇ ਚੰਗੇ ਹੈਗੇ ਆ ਇਹਨਾਂ ਦੇ ਟਾਲੀਆਂ ਵਿੱਚੋਂ ਕਿੰਨੀਆਂ ਆਲੂ ਚੰਗੀਆਂ ਨਿਕਲਦੇ ਆ ਕਿੰਨੇ। ਇਸ ਕਰਕੇ ਸਾਡੀਆਂ ਅਗਲੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਨਾਲ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ। ਬਹੁਤ ਬਹੁਤ ਧੰਨਵਾਦ।